ਇੱਕ ਨਵੇਕਲੀ ਪਹਿਲਕਦਮੀ ਕਰਦਿਆਂ ਦੋ ਪੰਜਾਬੀ ਮੀਡੀਆ ਜਗਤ ਦੇ ਦੋ ਨਾਮੀ ਮੀਡੀਆ ਗਰੁੱਪਾਂ ਨੇ ਖਬਰਸਾਰ ਸੂਚਨਾ ਦੇ ਆਦਾਨ ਪ੍ਰਦਾਨ, ਬਹੁਪੱਖੀ ਮੀਡੀਆ ਕੰਟੈਂਟ ਸਿਰਜਣ ਅਤੇ ਦੁਨੀਆ ਭਰ ਦੇ ਸਭ ਤੋਂ ਵੱਡੇ ਮੀਡੀਆ ਪਲੇਟਫਾਰਮਾਂ ਰਾਹੀਂ ਇਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਾਂਝੇ ਉੱਦਮ ਕਰਨ ਦਾ ਐਲਾਨ ਕੀਤਾ ਹੈ। ਕੈਨੇਡਾ ਆਧਾਰਿਤ FII ਮੀਡੀਆ ਗਰੁੱਪ ਅਤੇ ਇੰਡੀਆ ਦੇ ਡਿਜੀਟਲ ਮੀਡੀਆ ਅਦਾਰੇ ਤਿਰਛੀ ਨਜ਼ਰ ਮੀਡੀਆ ਨੇ ਸਾਂਝਾ ਐਲਾਨ ਕੀਤਾ ਹੈ ਕਿ ਉਹ TV ਚੈਨਲਾਂ ਅਤੇ ਡਿਜੀਟਲ ਪਲੇਟਫਾਰਮ ਰਾਹੀਂ ਇਸ ਸਾਂਝ ਜ਼ਾਹਿਰ ਕਰਨਗੇ। ਇਸ ਦੇ ਨਾਲ ਹੀ ਇਹਨਾਂ ਦੋਹਾਂ ਵੱਲੋਂ ਇਹ ਵੱਡਾ ਐਲਾਨ ਵੀ ਕੀਤਾ ਗਿਆ ਕਿ ਸਾਂਝੇ ਤੌਰ ਤੇ ਪੰਜਾਬੀ ਆਫ ਦਾ ਈਅਰ ਦਾ ਸਾਲਾਨਾ ਅਵਾਰਡ ਸ਼ੁਰੂ ਕੀਤਾ ਜਾਵੇਗਾ। ਇਹ ਅਵਾਰਡ ਪੰਜਾਬੀਆਂ ਦੀ ਪੂਰੀ ਦੁਨੀਆ ਭਰ ਵਿੱਚ ਆਪਣੀ ਨਵੇਕਲੀ ਪਹਿਚਾਣ ਬਣਾਉਣ ਜਾਂ ਸਰਵ ਉੱਤਮ ਪ੍ਰਾਪਤੀਆਂ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਦਿੱਤੇ ਜਾਣਗੇ। ਪਹਿਲਾ ਗਲੋਬਲ ਪੰਜਾਬੀ ਆਫ ਦਾ ਈਅਰ ਅਵਾਰਡ ਸਮਾਗਮ ਭਾਰਤ ਵਿੱਚ ਨਵੰਬਰ 2018 ਦੇ ਪਹਿਲੇ ਹਫ਼ਤੇ ਵਿੱਚ ਕੀਤਾ ਜਾਵੇਗਾ। ਐਲਾਨ ਅੱਜ ਇੱਥੇ ਇਹਨਾਂ ਦੋਹਾਂ ਗਰੁੱਪਾਂ ਦੇ ਨੁਮਾਇੰਦਿਆਂ ਨੇ ਇੱਕ ਵਿਸ਼ੇਸ਼ ਸਮਾਗਮ ਵਿੱਚ ਕੀਤਾ। ਇਹਨਾਂ ਵਿੱਚ FII ਮੀਡੀਆ ਅਤੇ ਸਾਂਝਾ TV ਕੈਨੇਡਾ ਦੇ ਪ੍ਰਧਾਨ ਬਿਲ ਸੰਧੂ, ਬਾਬੂਸ਼ਾਹੀ.com, ਤਿਰਛੀ ਨਜ਼ਰ ਮੀਡੀਆ ਇੰਡੀਆ ਦੇ ਬਾਣੀ ਅਤੇ ਸੰਪਾਦਕ ਬਲਜੀਤ ਬੱਲੀ ਅਤੇ FII ਮੀਡੀਆ ਗਰੁੱਪ ਦੇ ਸਾਂਝਾ TV ਕੈਨੇਡਾ ਦੇ CEO ਤੀਰਥ ਸਿੰਘ ਸ਼ਾਮਲ ਸਨ। ਦੱਸਣਯੋਗ ਹੈ ਕਿ ਇਸ ਸਮਾਗਮ ਵਿੱਚ ਦੇਸ਼ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਮੀਡੀਆ ਕਰਮੀਆਂ ਤੋਂ ਇਲਾਵਾ ਕਈ ਵੱਖ ਵੱਖ ਖੇਤਰਾਂ ਦੇ ਨੁਮਾਇੰਦੇ ਅਤੇ ਕੁਝ ਨਾਮੀ ਹਸਤੀਆਂ ਵੀ ਮੌਜੂਦ ਸਨ।